ਫਤਿਹਗੜ੍ਹ ਸਾਹਿਬ ਦੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦੇ ਆਡੀਟੋਰੀਅਮ ਵਿਖੇ ਇੱਕ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਡਿਜੀਟਲ ਇੰਡੀਆ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਇੱਕ ਨਿੱਜੀ ਬੈਂਕ ਵੱਲੋਂ ਚਲਾਈ ਪ੍ਰੀਪੇਡ ਕਾਰਡ ਯੋਜਨਾ ਸੰਬੰਧੀ ਜਾਗਰੂਕ ਕਰਨ ਲਈ ਸੁੰਦਰ ਭਾਰਤੀ ਗੋਇਲ ਵਿਸ਼ੇਸ਼ ਤੌਰ ਤੇ ਪਹੁੰਚੇ। ਉਹਨਾਂ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਕਾਰਡ ਦੀ ਵਰਤੋਂ ਕਰਨ ਵਾਲਿਆਂ ਨੂੰ ਵੱਖਰੇ ਤੌਰ ਤੇ ਆਮਦਨੀ ਵੀ ਹੁੰਦੀ ਹੈ, ਪਰ ਸ਼ਰਤ ਹੈ ਉਹ ਆਪਣੇ ਖਰਚੇ ਇਸ ਕਾਰਡ ਰਾਹੀਂ ਕਰੇ। ਉਹਨਾਂ ਕਿਹਾ ਕਿ ਦਿੱਲੀ ਵਿਖੇ ਉਹ ਅਜਿਹੇ ਵਿਅਕਤੀਆਂ ਨੂੰ ਜਾਣਦੇ ਹਨ ਜੋ ਇਸ ਕਾਰਡ ਰਾਹੀਂ ਲੱਖਾਂ ਰੁਪਏ ਦੀ ਆਮਦਨੀ ਹਾਸਲ ਕਰ ਰਹੇ ਹਨ। ਉਹਨਾਂ ਕਿਹਾ ਕਿ ਇਹ ਕਾਲਜ ਵੀ ਇਸ ਕਾਰਡ ਰਾਹੀਂ ਖਰਚਿਆਂ ਦਾ ਭੁਗਤਾਨ ਕਰਕੇ ਆਮਦਨੀ ਹਾਸਲ ਕਰ ਸਕਦਾ ਹੈ। ਇਹ ਸਕੀਮ ਦੇ ਵਿੱਚ ਕੁਝ ਬੈਂਕ ਅੱਗੇ ਆਏ ਹਨ, ਜਿਨ੍ਹਾਂ ਜੋ ਇੱਕ HDFC ਬੈਂਕ ਹੈ, ਇਹ ਪ੍ਰੀਪੇਡ ਕਾਰਡ ਇਸ਼ੂ ਕਰ ਰਹੇ ਹਨ। ਇਹ ਹਿੰਦੁਸਤਾਨ ਦੀ ਨਹੀਂ, ਸਾਰੀ ਦੁਨੀਆ ਦੀ ਫਸਟ ਸਕੀਮ ਹੈ, ਜਿੱਥੇ ਤੁਸੀਂ ਕੋਈ ਖਰਚਾ ਕਰੋਗੇ ਤਾਂ ਤੁਹਾਨੂੰ ਇਨਕਮ ਆਵੇਗੀ। ਹਰ ਹਫ਼ਤੇ ਬਿਨਾਂ ਕਿਤੇ ਮੰਗੇ ਹਰ ਮੰਗਲਵਾਰ ਨੂੰ TDS ਕੱਟ ਕੇ ਤੁਹਾਡੇ ਬੈਂਕ 'ਚ ਪੈਸੇ ਆਉਂਦੇ ਹਨ। ਮੈਂ ਦਿੱਲੀ ਇੱਕ ਬੰਦੇ ਨੂੰ ਜਾਣਦਾ ਹਾਂ ਜਿਹਨੇ ਇਸ ਕਾਰਡ ਦੇ ਰਾਹੀਂ 42 ਲੱਖ ਰੁਪਈਏ ਦੀ ਇਨਕਮ ਜਨਰੇਟ ਕਰ ਲਈ ਹੈ। ਲੱਖ ਰੁਪਏ ਵਾਲੇ, 2 ਲੱਖ ਰੁਪਏ ਵਾਲੇ ਤਾਂ ਬਹੁਤ ਜ਼ਿਆਦਾ ਹਨ। ਅਗਰ ਅਸੀਂ ਪਹਿਲਾਂ ਆਪਣੇ ਇੰਜੀਨੀਅਰਿੰਗ ਕਾਲਜ ਦਾ ਵੀ ਇੱਕ ਕਾਰਡ ਬਣਾਵਾਂਗੇ ਅਤੇ ਉਸ ਦੇ ਵਿੱਚ ਮੈਂ ਇੰਸ਼ੋਰੈਂਸ ਦਵਾਉਣਾ ਵੀ ਸਾਡੇ ਇੰਸਟੀਟਿਊਸ਼ਨ ਨੂੰ ਘੱਟੋ ਘੱਟ 5 ਲੱਖ ਰੁਪਏ ਮਹੀਨਾ ਇਨਕਮ ਜ਼ਰੂਰ ਆਊਗੀ। ਜਿਹੜੇ ਸਟੂਡੈਂਟਸ ਆਪਣੀ ਫੀਸ ਔਰ ਖਰਚੇ ਇਸ ਕਾਰਡ ਦੇ ਦੁਆਰਾ ਕਰਨਗੇ, ਉਹਨਾਂ ਨੂੰ ਵੀ ਇੱਕ ਇਨਕਮ ਆਊਗੀ, ਜਿਸ ਦੇ ਨਾਲ ਸਾਡੇ ਜਿਹੜੇ ਪੇਰੈਂਟਸ ਹੈ ਉਹਨਾਂ ਦੇ ਭਾਰ ਘਟੂਗਾ। ਕਿਉਂਕਿ ਜਦੋਂ ਖਰਚਾ ਤਾਂ ਅਸੀਂ ਕਰਨਾ ਹੀ ਹੈ, ਉਸ ਖਰਚਾ ਕਰਨ ਨਾਲ ਅਗਰ ਸਟੂਡੈਂਟਸ ਨੂੰ ਇਨਕਮ ਆਉਂਦੀ ਹੈ, ਸਪੋਜ਼ ਮੈਂ ਕਹਿੰਦਾ ਜ਼ਿਆਦਾ ਨਹੀਂ ਵੀ 2000 ਵੀ ਆ ਗਈ, ਇਹਦੇ ਨਾਲ ਸਾਨੂੰ ਇੱਕ ਫਾਈਨੈਂਸ਼ੀਅਲ ਸਟਰੈਂਥ ਮਿਲੂਗੀ। ਅਤੇ ਇਹ ਮੈਂ ਬੇਨਤੀ ਕਰਦਾ ਹਾਂ ਵੀ ਸਾਰੇ ਲੋਕ HDFC ਦਾ ਪ੍ਰੀਪੇਡ ਕਾਰਡ ਲਓ ਅਤੇ ਘਰ ਬੈਠੇ ਬਿਨਾਂ ਕਿਸੇ ਐਫਰਟ ਤੋਂ ਪੈਸੇ ਖਰਚਦੇ ਹੋਏ ਇਨਕਮ ਬਣਾਓ। ਇਸ ਮੌਕੇ ਸੰਬੋਧਨ ਕਰਦਿਆਂ ਕਾਲਜ ਪ੍ਰਿੰਸੀਪਲ ਡਾਕਟਰ GS ਲਾਂਬਾ ਨੇ ਸੁੰਦਰ ਭਾਰਤੀ ਗੋਇਲ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਸ ਪ੍ਰੀਪੇਡ ਕਾਰਡ ਦੇ ਹੋਣ ਨਾਲ ਕਿਸੇ ਨੂੰ ਕੈਸ਼ ਜੇਬ ਵਿੱਚ ਰੱਖਣ ਦੀ ਲੋੜ ਨਹੀਂ ਤੇ ਇਸ ਕਾਰਡ ਰਾਹੀਂ ਚਾਹੇ ਸਿਰਫ 2000 ਰੁਪਏ ਦੀ ਹੀ ਆਮਦਨੀ ਹੋਵੇ ਉਹ ਵੀ ਲਾਭਦਾਇਕ ਹੈ। ਜਿਸ ਤਰ੍ਹਾਂ ਸਾਡੇ ਮੰਥਲੀ ਇੱਕ ਪ੍ਰੋਗਰਾਮ ਕੀਤਾ ਜਾਂਦਾ ਹੈ, ਜਿਹੜੇ ਵੀ ਸਾਡੇ ਸਟਾਫ ਮੈਂਬਰਸ ਜਿਨ੍ਹਾਂ ਦੇ ਜਨਮ ਦਿਨ ਔਰ ਮੈਰਿਜ ਐਨਵਰਸਰੀ ਹੁੰਦੀਆਂ ਨੇ, ਉਹਨਾਂ ਨਾਲ ਰਲ ਕੇ ਅਸੀਂ ਉਹਨਾਂ ਦੀਆਂ ਖੁਸ਼ੀਆਂ 'ਚ ਸਾਂਝ ਪੈਦਾ ਕਰਦੇ ਹਾਂ। ਇਸ ਦੇ ਵਿੱਚ ਹੀ ਐਬਿਕਸ ਕੈਸ਼ HDFC ਬੈਂਕ ਵੱਲੋਂ ਸੁੰਦਰਪਾਲ ਜੀ ਗੋਇਲ ਵੱਲੋਂ ਔਰ ਉਹਨਾਂ ਦੀ ਟੀਮ ਵੱਲੋਂ ਆ ਕੇ ਸਾਡੇ ਸਟਾਫ ਮੈਂਬਰਸ ਨੂੰ ਇਸ ਨਵੇਂ HDFC ਪ੍ਰੀਪੇਡ ਕਾਰਡ ਦੇ ਬਾਰੇ ਜਾਣਕਾਰੀ ਦਿੱਤੀ ਗਈ। ਔਰ ਮੈਂ ਸਮਝਣਾ ਕਿ ਇਹ ਜਿਹੜਾ ਗੌਰਮੈਂਟ ਦੇ ਐਫਰਟਸ ਨੇ ਕੈਸ਼ਲੈਸ ਇੰਡੀਆ ਦੇ ਅੱਗੇ ਕਰਨ ਵਿੱਚ ਇਸ ਤਰ੍ਹਾਂ ਦੇ ਉਪਰਾਲੇ ਜਿਹੜੇ ਨੇ ਉਹ ਬੜੇ ਇੱਕ ਸਹਿਯੋਗ ਕਰਨਗੇ ਔਰ ਜਿਹੜੇ ਵੀ ਬੰਦੇ ਇਸ ਦੇ ਮੈਂਬਰ ਬਣਦੇ ਹਨ ਉਹਨਾਂ ਨੂੰ ਇਹਦਾ ਬੈਨੀਫਿਟ ਜਿਸ ਤਰ੍ਹਾਂ ਇੱਕ ਤਾਂ ਕਨਵੀਨੀਅੰਸ ਹੈ ਕਿ ਉਹਨਾਂ ਨੂੰ ਕੈਸ਼ ਨਾਲ ਰੱਖਣ ਦੀ ਲੋੜ ਨਹੀਂ ਹੈਗੀ, ਦੂਸਰਾ ਜਦੋਂ ਵੀ ਉਹ ਚੀਜ਼ ਕੋਈ ਸਪੈਂਡ ਕਰਦੇ ਨੇ ਉਹਦੇ ਵਿੱਚੋਂ ਕੁਝ ਪਰਸੈਂਟੇਜ ਕੁਝ ਤਰੀਕਾ ਜੋ ਇਸ ਤਰ੍ਹਾਂ ਬੈਂਕ ਨੇ ਬਣਾਇਆ ਹੈ ਜਿਵੇਂ ਕਿ ਗੋਇਲ ਸਾਹਿਬ ਨੇ ਐਕਸਪਲੇਨ ਕੀਤਾ ਉਹਨਾਂ ਨੂੰ ਪੇ ਬੈਕ ਹੁੰਦਾ ਹੈ। ਸੋ ਇਟ ਇਜ਼ ਸਪੈਂਡ ਐਂਡ ਅਰਨ ਸਾਈਮਲਟੇਨੀਅਸਲੀ, ਜਿਹਦੇ ਵਾਸਤੇ ਇਹ ਇੱਕ ਬਿਨਾਂ ਕੋਈ ਐਡੀਸ਼ਨਲ ਬੈਂਕ ਅਕਾਊਂਟ ਖੋਲ੍ਹੇ ਇਹ ਕਾਰਡ ਓਪਰੇਟ ਕੀਤਾ ਜਾਂਦਾ ਹੈ। ਮੈਂ ਉਮੀਦ ਰੱਖਦਾ ਹਾਂ ਕਿ ਇਹ ਇਸ ਬੈਂਕ ਦੇ ਨਾਲ ਜੁੜਨ ਜਾਂ ਜਿਸ ਤਰ੍ਹਾਂ ਦੇ ਵੀ ਇਸ ਤਰ੍ਹਾਂ ਦੇ ਐਫਰਟਸ ਜਿਹੜੇ ਨੇ ਇਹ ਸਾਡੇ ਹਿੰਦੁਸਤਾਨ ਵਿੱਚ ਗੌਰਮੈਂਟ ਦੀ ਸਕੀਮ ਨੂੰ ਅੱਗੇ ਕਰਨ ਵਿੱਚ ਕਾਫੀ ਅੱਛੇ ਸਾਬਤ ਹੋਣਗੇ। ਫਤਿਹਗੜ੍ਹ ਸਾਹਿਬ ਤੋਂ ਪੰਜਾਬੀ ਸਰਗਰਮੀਆਂ ਲਈ ਬਹਾਦਰ ਸਿੰਘ ਟਵਾਣਾ ਦੀ ਰਿਪੋਰਟ।